ਸਾਡੇ ਉੱਤੇ ਜਿੰਨੀਆਂ ਟੈਨਸ਼ਨਾਂ ਫਿਕਰਾਂ ਪਈਆਂ ਨਾ, ਉਹ ਸਾਰੀਆਂ ਪਰਮਾਤਮਾ ਦੇ ਕਰਕੇ ਪਈਆਂ। ਅਸੀਂ ਤਾਂ ਜਦੋਂ ਨਾਮ ਸਿਮਰਨ ਕਰਦੇ ਸੀ ਉਦੋਂ ਸੁਖੀ ਨਹੀਂ ਹੋਏ, ਪਰ ਜਦੋਂ ਹੀ ਅਸੀਂ ਰੱਬ ਦਾ ਪਖੰਡ ਬੰਦ ਕੀਤਾ ਤਾਂ ਸਾਡੇ ਉੱਤੋਂ ਸਾਰੇ ਬੋਝ ਖਤਮ ਹੋ ਗਏ। ਅਜਿਹਾ ਹੀ ਕੁਝ ਕਹਿਣਾ ਆ ਆਪਣੇ ਇੱਕ ਸਬਸਕ੍ਰਾਈਬਰ ਦਾ। ਉਹਨਾਂ ਨੇ ਆਪਾਂ ਨੂੰ ਕਮੈਂਟ ਕੀਤਾ, ਨਾਮ ਤਾਂ ਨਹੀਂ ਸ਼ੋਅ ਹੋ ਰਿਹਾ, ਕੁਛ ਰੀਅਲ ਇਜ਼ ਬੈਸਟ ਦੇ ਨਾਮ 'ਤੇ ਉਹਨਾਂ ਦੀ ਆਈਡੀ ਆ, ਜੋ ਆਪਾਂ ਨੂੰ ਕਮੈਂਟ ਕਰਦੇ ਆ ਕਿ ਜਦੋਂ ਅਸੀਂ ਨਾਮ ਸਿਮਰਨ ਕਰਦੇ ਸੀ ਸੁਖੀ ਨਹੀਂ ਸੀ, ਪਰ ਜਦੋਂ ਰੱਬ ਦਾ ਪਖੰਡ ਬੰਦ ਕੀਤਾ ਸਾਰੇ ਬੋਝ ਖਤਮ ਹੋ ਗਏ। ਵਾਹਿਗੁਰੂ, ਜੋ ਆਪਾਂ ਨੂੰ ਗੁਰਬਾਣੀ ਗੁਰੂ ਸਮਝਾਉਣਾ ਕਰਦੇ ਆ ਕਿ ਇਸ ਦੇਹੀ ਅੰਦਰ ਪੰਚ ਚੋਰ ਵਸੇ, ਸਾਨੂੰ ਉਹਨਾਂ ਦੀਆਂ ਚਾਲਾਂ ਨੂੰ ਸਮਝਣਾ ਪੈਣਾ। ਜਦੋਂ ਉਹ ਸਾਡੇ ਅੰਦਰ ਆਪਣੇ ਹੀ ਮਾਲਕ ਪਿਤਾ ਪਰਮੇਸ਼ਵਰ ਦੇ ਪ੍ਰਤੀ ਅੰਦਰ ਨਫ਼ਰਤ ਪੈਦਾ ਕਰ ਦੇਣ, ਤਾਂ ਸਾਨੂੰ ਇਹ ਸਮਝ ਜਾਣਾ ਚਾਹੀਦਾ ਕਿ ਸਾਡਾ ਮਨ ਉਹਨਾਂ ਦੇ ਕਿੰਨਾ ਥੱਲੇ ਲੱਗਾ ਹੋਇਆ, ਉਹਨਾਂ ਦੀਆਂ ਗੱਲਾਂ ਦੇ ਵਿੱਚ ਆਇਆ ਹੋਇਆ, ਉਹਨਾਂ ਦੇ ਬਹਿਕਾਵੇ ਵਿੱਚ ਆਣ ਕੇ ਅਸੀਂ ਆਪਣੇ ਹੀ ਮੂਲ ਨੂੰ, ਆਪਣੇ ਹੀ ਪਿਤਾ ਨੂੰ ਜੋ ਸਾਨੂੰ ਹਰ ਸਮੇਂ ਸਵਾਸ ਦੇ ਕੇ ਜਿਉਂਦਾ ਰੱਖਦੇ, ਹੁਣ ਮਾਲਕ ਕਦੀ ਚੇਤੇ ਨਹੀਂ ਭੁੱਲਦੇ ਸਵਾਸ ਦੇਣਾ ਆਪਾਂ ਨੂੰ। ਬਸ ਜਦੋਂ ਸਵਾਸਾਂ ਦਾ ਭੰਡਾਰਾ ਖਤਮ ਹੋ ਜਾਂਦਾ, ਖਜ਼ਾਨਾ ਖਤਮ ਹੋ ਜਾਂਦਾ, ਉਦੋਂ ਜੀਵ ਇੱਥੋਂ ਤੁਰ ਪੈਂਦਾ ਹੈ। ਗੁਰਬਾਣੀ ਵਿੱਚ ਦੱਸਿਆ ਹੈ ਕਿ ਜੋ ਜੀਵ ਆਪਣੇ ਮੂਲ ਤੋਂ ਵਿਛੜਿਆ ਹੈ, ਜਿਸ ਨੂੰ ਮਾਲਕ ਦੇ ਮੁੱਖ ਦੀ ਆਵਾਜ਼ ਸੁਣਾਈ ਨਹੀਂ ਦਿੰਦੀ, ਜੋ ਜੀਵ ਨਾਮ ਦੇ ਨਾਲ ਸੰਗਤ ਦੇ ਨਾਲ ਨਹੀਂ ਜੁੜਿਆ, ਅੰਤ ਸਮੇਂ ਉਸਨੂੰ ਪਛਤਾਉਣਾ ਪੈਂਦਾ। ਮਹਾਰਾਜ ਆਪਾਂ ਨੂੰ ਕੀ ਸਮਝਾਉਂਦੇ ਆ, ਸਾਸ ਗਰਾਸ ਕੋ ਦਾਤੋ ਠਾਕੁਰ ਸੋ ਕਿਉਂ ਮਨੋ ਵਸਾਰਿਓ ਰੇ। ਕਹਿੰਦੇ ਜੋ ਪਰਮਾਤਮਾ ਆਪਾਂ ਨੂੰ ਸਾਸ ਗਰਾਸ ਦੇ ਰਿਹਾ, ਆਪਾਂ ਨੂੰ ਸਵਾਸ ਦੇ ਰਿਹਾ, ਕਹਿੰਦੇ ਸੋ ਕਿਉਂ ਮਨੋ ਵਸਾਰਿਓ ਰੇ, ਉਸ ਪਰਮਾਤਮਾ ਨੂੰ ਆਪਾਂ ਆਪਣੇ ਮਨ ਦੇ ਵਿੱਚੋਂ ਕਿਉਂ ਭੁਲਾਈਏ, ਕਿਉਂ ਉਹਦੇ ਲਈ ਨਫ਼ਰਤ ਪੈਦਾ ਕਰੀਏ। ਕਹਿੰਦੇ ਹੀਰਾ ਲਾਲ ਅਮੋਲ ਜਨਮ ਹੈ, ਕੌਡੀ ਬਦਲੇ ਹਾਰਿਓ ਰੇ। ਹੁਣ ਦੇਖੋ ਵਾਹਿਗੁਰੂ, ਗੁਰਬਾਣੀ ਦੇ ਵਿੱਚ ਕੌਡੀ ਕਿਸ ਨੂੰ ਕਿਹਾ ਗਿਆ, ਜਿਨ੍ਹਾਂ ਚੀਜ਼ਾਂ ਦੇ ਮਗਰ ਜੀਵ ਹੈ ਸੰਸਾਰ ਦੇ ਮਗਰ ਪਿਆ ਰਹਿੰਦਾ ਸਾਰੀ ਉਮਰ, ਪੈਸਾ ਪੈਸਾ ਪੈਸਾ, ਪਰਿਵਾਰ ਪਰਿਵਾਰ ਪਰਿਵਾਰ, ਮੇਰੀਆਂ ਸਿਹਤਾਂ ਮੇਰੀਆਂ ਸਿਹਤਾਂ, ਸਾਰਾ ਕੁਛ ਇਹ, ਇਸ ਨੂੰ ਕੌਡੀ ਬਦਲੇ ਹਾਰਿਓ ਕਿਹਾ ਗਿਆ। ਜਿਹੜਾ ਜੀਵ ਇਹਨਾਂ ਦੇ ਮਗਰ ਪਿਆ ਰਹਿੰਦਾ, ਮਹਾਰਾਜ ਕਹਿੰਦੇ ਹੀਰਾ ਲਾਲ ਅਮੋਲ ਜਨਮ ਹੈ, ਕਹਿੰਦੇ ਹੀਰੇ ਵਰਗਾ ਤੁਹਾਨੂੰ, ਮਤਲਬ ਇਹਦੀ ਕੋਈ ਕੀਮਤ ਹੈ ਨਹੀਂ ਗੀ ਜੇ ਕਿਸੇ ਜੀਵ ਨੂੰ ਮਨੁੱਖਾ ਜਨਮ ਮਨੁੱਖਾ ਦੇਹੀ ਮਿਲੀ ਆ। ਕਹਿੰਦੇ ਇਹ ਦੇਹੀ ਤੈਨੂੰ ਇੰਨੀ ਅਮੋਲ ਮਿਲੀ ਸੀ, ਇਹਨੂੰ ਕਹਿੰਦੇ ਤੂੰ ਕੌਡੀ ਬਦਲੇ ਹਾਰ ਗਿਆ, ਮਤਲਬ ਕਿਹਨਾਂ ਚੀਜ਼ਾਂ ਦੇ ਮਗਰ ਤੂੰ ਆਣ ਕੇ ਇੱਥੇ ਪੈ ਗਿਆ ਅਤੇ ਮਾਲਕ ਦੇ ਵਿਰੁੱਧ ਹੋ ਗਿਆ। ਸੋ ਜਦ ਮਹਾਰਾਜ ਆਪਾਂ ਨੂੰ ਗੁਰਬਾਣੀ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਬੜੇ ਸਰਲ ਤਰੀਕੇ ਨਾਲ ਸਮਝਾਉਂਦੇ ਆ ਕਿ ਜੇ ਤੁਸੀਂ ਮਨੁੱਖਾ ਦੇਹੀ ਦੇ ਵਿੱਚ ਆ ਕੇ ਨਾਮ ਨਾ ਜਪਿਆ, ਅੰਤ ਸਮੇਂ ਤੁਹਾਨੂੰ ਜਮਾਂ ਦੇ ਬਸ ਪੈਣਾ ਪੈਣਾ। ਹੁਣ ਜਿਵੇਂ ਇਹਨਾਂ ਗੁਰਮੁਖਾਂ ਨੇ ਦੱਸਿਆ ਕਿ ਜਦੋਂ ਅਸੀਂ ਨਾਮ ਸਿਮਰਨ ਕਰਦੇ ਸੀ ਸੁਖੀ ਨਹੀਂ ਸੀ, ਨਾਮ ਸਿਮਰਨ ਅਸੀਂ ਕਿਸੇ ਤੋਂ ਪੁੱਛ ਕੇ ਦੱਸ ਕੇ ਕਰਨਾ ਸ਼ੁਰੂ ਕਰ ਦਿੰਦੇ ਹਾਂ, ਪਰ ਸਾਡੇ ਮਨ ਦੇ ਵਿੱਚ ਜਿਹੜੀ ਇਸ਼ਾਵਾਂ ਹੁੰਦੀਆਂ ਉਹ ਤਾਂ ਫਿਰ ਦੁਨਿਆਵੀ ਹੁੰਦੀਆਂ। ਇਹਦਾ ਮਤਲਬ ਅਸੀਂ ਕਿਸੇ ਦੀ ਸੰਗਤ ਨਹੀਂ ਕੀਤੀ, ਜਿਸਨੇ ਸਾਨੂੰ ਇਹ ਦੱਸਣਾ ਸੀ, ਸੰਤ ਮਹਾਂਪੁਰਸ਼ਾਂ ਨੇ ਦੱਸਣਾ ਸੀ, ਗੁਰਮੁਖਾਂ ਨੇ ਦੱਸਣਾ ਸੀ, ਸਮਝਾਉਣਾ ਸੀ ਕਿ ਜਦੋਂ ਆਪਾਂ ਸਿਮਰਨ ਕਰਨਾ ਆ ਆਪਾਂ ਕੋਈ ਵੀ ਦੁਨਿਆਵੀ ਇੱਛਾ ਨਹੀਂ ਰੱਖਣੀ, ਦੁੱਖ ਸੁੱਖ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਰਹਿਣਗੇ, ਤੁਸੀਂ ਆਪਣੇ ਮਨ ਨੂੰ ਸਟੇਬਲ ਰੱਖਣਾ ਆ, ਇੱਕ ਜਗ੍ਹਾ ਸਮ ਰੱਖਣਾ ਆ। ਨਾਮ ਸਿਮਰਨ ਜਦੋਂ ਕੋਈ ਜੀਵ ਸ਼ੁਰੂ ਕਰ ਦਿੰਦਾ, ਨਾਲ ਸੰਗਤ ਹੋਣੀ ਜ਼ਰੂਰੀ ਆ, ਕਿਸੇ ਦਾ ਸਾਥ ਹੋਣਾ ਜ਼ਰੂਰੀ ਆ। ਜੇ ਸਾਥ ਨਹੀਂ ਹੈ ਤਾਂ ਜਿਵੇਂ ਇਹਨਾਂ ਗੁਰਮੁਖਾਂ ਨੇ ਕਿਹਾ ਕਿ ਜਦੋਂ ਅਸੀਂ ਸਿਮਰਨ ਕਰਦੇ ਸੀ ਉਦੋਂ ਸੁਖੀ ਨਹੀਂ ਸੀ। ਦੇਖੋ ਵਾਹਿਗੁਰੂ, ਜਦੋਂ ਕੋਈ ਜੀਵ ਨਾਮ ਦਾ ਅਭਿਆਸ ਕਰਦਾ, ਕਾਲ ਆਪਣਾ ਪਹਿਰਾ ਵਧਾ ਦਿੰਦਾ,
ਕਾਲ ਦੇ ਪੰਜ ਨੁਮਾਇੰਦੇ ਜਿਉਂ ਸਾਨੂੰ ਫੁਰਨੇ ਦਿੰਦੇ ਜਿਉਂ ਫੁਰਨੇ ਦਿੰਦੇ ਇਹ ਠਾਲਣ ਦੀ ਬਹੁਤ ਕੋਸ਼ਿਸ਼ ਕਰਦੇ ਆ ਕਿ ਇਹ ਬੰਦਾ ਹਟ ਜਾਵੇ। ਪਰ ਜੇ ਸਾਨੂੰ ਕਿਸੇ ਗੁਰਮੁਖਾਂ ਦਾ ਸਾਥ ਮਿਲਿਆ ਹੋਊਗਾ, ਆਪਾਂ ਗੁਰਬਾਣੀ ਗੁਰੂ ਨੂੰ ਆਪਣਾ ਗੁਰੂ ਮੰਨ ਕੇ ਉਹਨਾਂ ਨੂੰ ਪੜ੍ਹਾਂਗੇ, ਵਿਚਾਰਾਂਗੇ, ਮੰਨਾਂਗੇ, ਤਾਂ ਜਿੰਨਾ ਮਰਜ਼ੀ ਪਹਿਰਾ ਵੱਧ ਜਾਵੇ ਇਹ ਜੀਵ ਪਿੱਛੇ ਨਹੀਂ ਹਟਦਾ। ਅਤੇ ਆਪਾਂ ਵੀ ਜਦੋਂ ਨਾਮ ਅਭਿਆਸ ਕਰਨਾ ਆ, ਮਨ ਦੇ ਵਿੱਚ ਪੂਰੀ ਦ੍ਰਿੜਤਾ ਰੱਖ ਕੇ ਵਿਸ਼ਵਾਸ ਕਰਨਾ ਹੈ ਕਿ ਜੋ ਮਰਜ਼ੀ ਹੋ ਜਾਵੇ ਅਸੀਂ ਮਾਲਕ ਨੂੰ ਜੋ ਸਾਨੂੰ ਸਾਸ ਗ੍ਰਾਸ ਦੇ ਰਿਹਾ ਆ ਉਹਨੂੰ ਆਪਣੇ ਮਨ ਦੇ ਵਿੱਚੋਂ ਨਹੀਂ ਵਿਸਾਰਨਾ।